ਮੈਂ ਹਾਂ ਸੁਨੀਲ ਕੁਮਾਰ ਹਿਮਾਚਲੀ ਖਬਰ ਪੜਤਾਲ ਦੇਖ ਰਹੇ ਹਾਂ ਤੁਸੀਂ ਤੇ ਅੱਜ ਦੇ ਇਸ ਵਿਸ਼ੇਸ਼ ਸ਼ੋਅ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਦੱਲਾ ਜੀ ਦੱਲਾਈ ਬਹੁਤ-ਬਹੁਤ ਸਵਾਗਤ ਹੈ ਬਹੁਤ ਧੰਨਵਾਦ ਸੁਨੀਲ ਜੀ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਹੀ ਪੁੱਛਣਾ ਚਾਹੂੰਗਾ ਕਿ ਸੁਖਵੀਰ ਬਾਦਲ ਐਸਆਈਟੀ ਦੇ ਮਾਮਲੇ 'ਚ ਅੰਮ੍ਰਿਤਸਰ ਪੇਸ਼ ਹੋਣਗੇ ਦੇਖੋ ਇਹ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਹੈ ਪ੍ਰਕਾਸ਼ ਸਿੰਘ ਬਾਦਲ ਤੋਂ ਤਾਂ ਪੁੱਛ ਕੇ ਚੱਕ ਲਈ ਹੈ ਐਸਆਈਟੀ ਦੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਔਰ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਸੁਖਬੀਰ ਬਾਦਲ ਅੰਮ੍ਰਿਤਸਰ ਵਿੱਚ ਐਸਆਈਟੀ ਅੱਗੇ ਪੇਸ਼ ਹੋਣਗੇ ਸੂਤਰਾਂ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਖਬਰਾਂ ਇਹ ਨੇ ਕਿ ਸੁਖਬੀਰ ਬਾਦਲ ਅੰਮ੍ਰਿਤਸਰ ਦੇ ਵਿੱਚ ਐਸਆਈਟੀ ਦੇ ਅੱਗੇ ਪੇਸ਼ ਨਹੀਂ ਹੋਣਾ ਚਾਹੁੰਦੇ ਔਰ ਇਹ ਵੀ ਪਤਾ ਲੱਗਿਆ ਕਿ ਉਹਨਾਂ ਨੇ ਇੱਕ ਚਿੱਠੀ ਲਿਖੀ ਐ ਐਸਆਈਟੀ ਨੂੰ ਔਰ ਚਿੱਠੀ ਲਿਖ ਕੇ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਚੰਡੀਗੜ੍ਹ ਦੇ ਵਿੱਚ ਹੀ ਐਸਆਈਟੀ ਕੋਲ ਹਾਜ਼ਰ ਹੋਣਾ ਚਾਹੁੰਦੇ ਨੇ ਔਰ ਉਹਨਾਂ ਨੇ ਚਿੱਠੀ ਲਿਖ ਕੇ ਇਹ ਕਿਹਾ ਕਿ ਐਸਆਈਟੀ ਚੰਡੀਗੜ੍ਹ ਦੇ ਵਿੱਚ ਜਿਹੜਾ ਮਰਜ਼ੀ ਵਕਤ ਦਵੇ ਜਿਹੜੀ ਮਰਜ਼ੀ ਥਾਂ ਦਵੇ ਸੁਖਬੀਰ ਬਾਦਲ ਉੱਥੇ ਪੁੱਜਣਗੇ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪਹਿਲਾਂ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਪੇਸ਼ ਹੋਵਾਂਗੇ ਅਸੀਂ ਸਹਿਯੋਗ ਕਰਾਂਗੇ ਔਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਇੱਕ ਸਿਆਸੀ ਪੱਤਾ ਖੇਡਿਆ ਸੀ ਜਦੋਂ ਕੁਵਰ ਵਿਜੇ ਪ੍ਰਤਾਪ ਸਿੰਘ ਇਕੱਲੇ ਪਹੁੰਚ ਗਏ ਸੀ ਔਰ ਉਸ ਤੋਂ ਬਾਅਦ ਬਾਦਲ ਨੇ ਸਿਆਸੀ ਪੱਤਾ ਖੇਡਿਆ ਸੀ ਤੇ ਬਾਕੀ ਐਸਆਈਟੀ ਮੈਂਬਰਾਂ ਨੂੰ ਪਹੁੰਚਣਾ ਪਿਆ ਸੀ ਹੁਣ ਸੁਖਬੀਰ ਬਾਦਲ ਪਤਾ ਨਹੀਂ ਕਿਹੜੀ ਰਣਨੀਤੀ ਦੇ ਤਹਿਤ ਇਹ ਕਹਿ ਰਹੇ ਨੇ ਕਿ ਮੈਂ ਅੰਮ੍ਰਿਤਸਰ ਦੇ ਵਿੱਚ ਪੁੱਛਗਿਛ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਮੈਂ ਚੰਡੀਗੜ੍ਹ ਦੇ ਵਿੱਚ ਪੁੱਛਗਿਛ ਦੇ ਵਿੱਚ ਸ਼ਾਮਲ ਹੋਣਾ ਚਾਹਨਾ ਇਹਦੇ ਪਿੱਛੇ ਦੋ ਕਾਰਨ ਹੋ ਸਕਦੇ ਨੇ ਇੱਕ ਤਾਂ ਸੁਖਵੀਰ ਬਾਦਲ ਨੂੰ ਕਿਤੇ ਨਾ ਕਿਤੇ ਇਹ ਖਤਰਾ ਮਹਿਸੂਸ ਹੁੰਦਾ ਹੋਣਾ ਕਿ ਜੇ ਉਹ ਅੰਮ੍ਰਿਤਸਰ ਦੇ ਵਿੱਚ ਐਸਆਈਟੀ ਅੱਗੇ ਪੇਸ਼ ਹੋਣਗੇ ਕਿਤੇ ਇਹ ਨਾ ਹੋਵੇ ਕਿ ਵਿਰੋਧੀ ਧਿਰਾਂ ਦੇ ਆਗੂ ਉਸ ਥਾਂ ਤੇ ਪਹੁੰਚ ਜਾਣ ਕਿਉਂਕਿ ਸਰਕਟ ਹਾਊਸ ਉਹਨਾਂ ਨੂੰ ਸਦਾ ਦਤਾ ਗਿਆ ਪੁੱਛਗੇ ਚ ਲਈ ਸੁਖਵੀਰ ਬਾਦਲ ਨੂੰ ਇਹ ਹੋਣਾ ਕਿਤੇ ਇਹ ਨਾ ਹੋਵੇ ਕਿ ਵਿਰੋਧੀ ਪਾਰਟੀਆਂ ਦੇ ਆਗੂ ਬਾਹਰ ਇਕੱਠੇ ਹੋ ਜਾਣ ਉੱਥੇ ਧਰਨੇबाजी ਕਰਨ ਉੱਥੇ ਨਾਰੇਬਾਜ਼ੀ ਕਰਨ ਜੀ ਦੇ ਨਾਲ ਸੁਖਵੀਰ ਬਾਦਲ ਨੂੰ ਕਿਤਨਾ ਕਿਤੇ ਲੱਗਦਾ ਹੈ ਕਿ ਉਹਨਾਂ ਦੀ ਸਿਆਸੀ ਜਿਹੜੀ ਇੱਜ਼ਤ ਹੈ ਉਹਦੇ ਉੱਪਰ ਸਵਾਲ ਖੜੇ ਹੋ ਸਕਦੇ ਨੇ ਉਹਨਾਂ ਦੀ ਸਿਆਸੀ ਇੱਜ਼ਤ ਤੇ ਸੱਟ ਵੱਜ ਸਕਦੀ ਹੈ ਇਹ ਇੱਕ ਵੱਡਾ ਉਹਨਾਂ ਦੇ ਮਨ ਦੇ ਵਿੱਚ ਡਰ ਜਾਂ ਵਹਿਮ ਹੋ ਸਕਦਾ ਹੈ ਕੋਈ ਵੀ ਪੋਲੀਟੀਕਲ ਲੀਡਰ ਹੈ ਉਹ ਹਮੇਸ਼ਾ ਦੇਖਦਾ ਕਿ ਉਹਦਾ ਜਨ ਆਧਾਰ ਨਾ ਖਿਸਕੇ ਔਰ ਜਦੋਂ ਚੰਡੀਗੜ੍ਹ ਦੇ ਵਿੱਚ ਪੁੱਛਗਿਛ ਹੋਣੀ ਹੈ ਤੇ ਸੁਖਬੀਰ ਬਾਦਲ ਨੂੰ ਇਹ ਪਤਾ ਕਿ ਚੰਡੀਗੜ੍ਹ ਦੇ ਵਿੱਚ ਇੱਕ ਤਾਂ ਵੱਡੇ ਪੱਧਰ ਤੇ মিডিਆ ਵਾਲੇ ਸਾਥੀ ਪੱਤਰਕਾਰ ਉੱਥੇ ਮੌਜੂਦ ਰਹਿੰਦੇ ਨੇ ਕੱਲੀ ਕੱਲੀ ਚੀਜ਼ ਨੂੰ ਉਹ ਕਵਰ ਕਰਦੇ ਨੇ ਔਰ ਦੂਸਰਾ ਸੁਖਬੀਰ ਬਾਦਲ ਨੂੰ ਇਹ ਲੱਗਦਾ ਕਿ ਚੰਡੀਗੜ੍ਹ ਦੇ ਵਿੱਚ ਕੋਈ ਵੀ ਵਿਰੋਧੀਆਂ ਤੇ ਵਿਰੋਧੀ ਧਿਰਾਂ ਪ੍ਰੋਟੈਸਟ ਨਹੀਂ ਕਰ ਸਕਣਗੇ ਆ ਖੁੱਲ ਕੇ ਵਿਰੋਧ ਸੁਖਵੀਰ ਬਾਦਲ ਦਾ ਨਹੀਂ ਕਰ ਸਕਣਗੇ ਆ ਸੋ ਇਸ ਇਹਨਾਂ ਸੰਭਾਵਨਾਵਾਂ ਦੇ ਮੱਦੇਨਜ਼ਰ ਦੇਖੋ ਮੈਂ ਇਹ ਸੰਭਾਵਨਾਵਾਂ ਤੇ ਗੱਲ ਕਰਦਾ ਹੋ ਸਕਦਾ ਸੁਖਵੀਰ ਬਾਦਲ ਇਹਨਾਂ ਸੋਚਦੇ ਹੋਣ ਉਹਨਾਂ ਨੇ ਇਹਦੇ ਪਿੱਛੇ ਕੋਈ ਸੁਰੱਖਿਆ ਦੇ ਕਾਰਨ ਦੱਸੇ ਹੋਣ ਇਹ ਤਾਂ ਹੁਣ ਸੁਖਵੀਰ ਬਾਦਲ ਦਾ ਸਕਦੇ ਨੇ ਪਰ ਉਹਨਾਂ ਨੇ ਚਿੱਠੀ ਲਿਖੀ ਐ ਐਸਆਈਟੀ ਨੂੰ ਔਰ ਇਹ ਕਿਹਾ ਕਿ ਮੈਂ ਚੰਡੀਗੜ੍ਹ ਨਹੀਂ ਪੇਸ਼ ਹੋਣਾ ਮੈਂ ਅੰਮ੍ਰਿਤਸਰ ਪੇਸ਼ ਹੋਣਾ ਚਾਹੁੰਦਾ ਹੁਣ ਮਸਲਾ ਇਹ ਐ ਕਿ ਐਸਆਈਟੀ ਉਹਨਾਂ ਨੂੰ ਮਨਜ਼ੂਰੀ ਦੇਏਗੀ ਕਿ ਅਸੀਂ ਤੁਹਾਡੇ ਤੋਂ ਸੋਮਵਾਰ ਵਾਲੇ ਦਿਨ ਚੰਡੀਗੜ੍ਹ ਦੇ ਵਿੱਚ ਪੁੱਛਗਿੱਛ ਕਰਾਂਗੇ ਜਿਸ ਵੇਲੇ ਅਸੀਂ ਗੱਲ ਕਰ ਰਹੇ ਹਾਂ ਕੁਝ ਸਮਾਂ ਬਾਕੀ ਹੈ ਸੋਮਵਾਰ ਨੂੰ ਸੋ ਸੋਮਵਾਰ ਨੂੰ 19 ਤਰੀਕ ਨੂੰ ਉਹਨਾਂ ਤੋਂ ਪੁੱਛਗਿੱਛ ਹੋਣੀ ਹੈ ਸੋ ਜੇ ਐਸਆਈਟੀ ਨੇ ਕੋਈ ਜਵਾਬ ਨਾ ਦਿੱਤਾ ਸੁਖਵੀਰ ਬਾਦਲ ਨੇ ਤੇ ਫੇਰ ਸੁਖਵੀਰ ਬਾਦਲ ਕੀ ਕਰਨਗੇ ਕੀ ਉਹ ਗੈਰ ਹਾਜ਼ਰ ਰਹਿਣਗੇ ਜਾਂ ਅੰਮ੍ਰਿਤਸਰ ਹੀ ਜਾਣਗੇ ਇਹ ਵੇਖਣ ਵਾਲੀ ਗੱਲ ਰਹੇਗੀ ਮੈਂ ਇਹ ਵੀ ਦੱਸ ਦਵਾਂ 21 ਨਵੰਬਰ ਨੂੰ ਵੀ ਅੰਮ੍ਰਿਤਸਰ ਨੂੰ ਅਮਰਸਰ ਦੇ ਵਿੱਚ ਅਕਸ਼ੇ ਕੁਮਾਰ ਨੂੰ ਸੰਮਨ ਕੀਤੇ ਗਏ ਨੇ ਐਸਆਈਟੀ ਵੱਲੋਂ ਔਰ ਬਹੁਤ ਸੰਭਾਵਨਾ ਹੈ ਕਿ ਅਕਸ਼ੇ ਕੁਮਾਰ ਸੋਮਵਾਰ ਨੂੰ 21 ਤਰੀਕ ਨੂੰ ਮਾਫ ਕਰਨਾ ਪੇਸ਼ ਹੋਣਗੇ ਐਸਆਈਟੀ ਅੱਗੇ ਔਰ ਆਪਣੀ ਜਿਹੜੀ ਗੱਲ ਹੈ ਉਹ ਰੱਖਣਗੇ ਪਰ ਸੁਖਬੀਰ ਬਾਦਲ ਦੀ ਜਿਹੜੀ ਗੱਲ ਹੈ ਉਹ ਪੇਸ਼ ਹੋਣ ਵਾਲੀ ਉਹ ਦੁਚਿੱਤੀ ਵਾਲੀ ਇਸ ਵੇਲੇ ਤੱਕ ਬਣੀ ਹੋਈ ਹੈ ਚਲੋ ਇੱਕ ਹੋਰ ਸਵਾਲ ਮੈਂ ਲਵਾਂਗਾ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਉਹਨਾਂ ਨੂੰ ਅੰਦਰ ਕਰਉਣਾ ਚਾਹੁੰਦੇ ਨੇ ਤੇ ਕਾਂਗਰਸ ਇਹਦੇ ਕਹਿ ਰਹੀ ਹੈ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਤੇ ਹੁਣ ਇਹਦੇ ਤੇ ਜਿਹੜੀ ਸਿਆਸਤ ਹੋ ਰਹੀ ਹੈ ਇਹ ਕਿਸ ਦਿਸ਼ਾ ਚ ਜਾਂਦੀ ਤੁਹਾਨੂੰ ਨਜ਼ਰ ਆਉਂਦੀ ਹੈ ਦੇਖੋ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪ੍ਰਕਾਸ਼ ਸਿੰਘ ਬਾਦਲ ਕੋਲੋਂ ਜਦੋਂ ਸਿੱਟ ਨੇ ਪੁੱਛ ਕੇ ਚ ਕੀਤੀ ਤੇ ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਅੱਗੇ ਇਹ ਕਹਿ ਦਿੱਤਾ ਕਿ ਐਸਆਈਟੀ ਭਾਵੇਂ ਜਿਹੜੀ ਮਰਜ਼ੀ ਜਾਂਚ ਕਰ ਲਵੇ ਇਸ ਐਸਆਈਟੀ ਦੀ ਜਿਹੜੀ ਜਾਂਚ ਰਿਪੋਰਟ ਹੈ ਉਹ ਕੈਪਟਨ ਅਮਰਿੰਦਰ ਨੇ ਲਿਖਣੀ ਹੈ ਸੋ ਇਹ ਇਸ ਤੋਂ ਬਾਅਦ ਅੱਜ ਕੈਪਟਨ ਅਮਰਿੰਦਰ ਦਾ ਬਿਆਨ ਵੀ ਆਇਆ ਹੈ ਕੈਪਟਨ ਅਮਰਿੰਦਰ ਨੇ ਸਪਸ਼ਟ ਕੀਤਾ ਹੈ ਕਿ ਭਾਵੇਂ ਮੁੱਖ ਮੰਤਰੀ ਹੋਵੇ ਜਾਂ ਕੋਈ ਸਧਾਰਨ ਵਿਅਕਤੀ ਜਾਂ ਸਾਬਕਾ ਮੁੱਖ ਮੰਤਰੀ ਕਾਨੂੰਨ ਸਭ ਤੋਂ ਵੱਡਾ ਹੁੰਦਾ ਹੈ ਅੱਜ ਗੁੱਸਾ ਬੋਧ ਕੀਤਾ ਹੈ ਕੈਪਟਨ ਅਮਰਿੰਦਰ ਦੇ ਕੈਪਟਨ ਅਮਰਿੰਦਰ ਨੇ ਪ੍ਰਕਾਸ਼ ਸਿੰਘ ਬਾਦਲ ਤੇ ਪਰ ਪ੍ਰਕਾਸ਼ ਸਿੰਘ ਬਾਦਲ ਨੇ ਕਹਿ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਜੇਲ੍ਹ ਭੇਜਣਾ ਚਾਹੁੰਦਾ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਪਹਿਲਾਂ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਦੀ ਸਰਕਾਰ ਆਈ ਸੀ ਉਸ ਵੇਲੇ ਵੀ ਕੈਪਟਨ ਅਮਰਿੰਦਰ ਨੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਧਰਮ ਪਤਨੀ ਸੁਖਵੀਰ ਬਾਦਲ ਇਹਨਾਂ ਸਾਰਿਆਂ ਨੂੰ ਜੇਲ੍ਹ ਭੇਜਿਆ ਸੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਾਣ ਬੁਝ ਕੇ ਸਾਡੇ ਨਾਲ ਸਿਆਸੀ ਰਾਜਨੀਤਿਕ ਬਦਲਾਖੋਰੀ ਕਰ ਰਹੇ ਨੇ ਔਰ ਮਕਸਦ ਕੈਪਟਨ ਅਮਰਿੰਦਰ ਦਾ ਸਾਨੂੰ ਜੇਲ੍ਹ ਭੇਜਣਾ ਹੈ ਬਾਦਲਾਂ ਨੂੰ ਜੇਲ੍ਹ ਭੇਜਣਾ ਹੈ ਇਹ ਬਾਦਲਾਂ ਦੇ ਆਪਣੇ ਇਲਜ਼ਾਮ ਨੇ ਖਾਸ ਤੌਰ ਤੇ ਵੱਡੇ ਬਾਦਲ ਦੇ ਔਰ ਕੈਪਟਨ ਅਮਰਿੰਦਰ ਇਹਨਾਂ ਇਲਜ਼ਾਮਾਂ ਨੂੰ ਨਕਾਰ ਰਹੇ ਨੇ ਅਸਲ 'ਚ ਪ੍ਰਕਾਸ਼ ਸਿੰਘ ਬਾਦਲ ਤੋਂ ਜਦੋਂ ਪੁੱਛ ਕੇ ਚੋਈ ਹੈ ਪ੍ਰਕਾਸ਼ ਸਿੰਘ ਬਾਦਲ ਕਿਉਂਕਿ ਉਹਨਾਂ ਦੀ ਉਮਰ ਹੋ ਗਈ 93 <tri> 94 95 ਸਾਲ ਦੇ ਲਗਭਗ ਅਸਲੀ ਸੱਚੀ ਉਮਰ ਹੈ ਜਿਹੜੀ ਉਹਦਾ ਕੋਈ ਅੰਦਾਜ਼ਾ ਨਹੀਂ ਪਰ 93 94 95 ਸਾਲ ਉਹਨਾਂ ਦੀ ਉਮਰ ਕਹਿੰਦੇ ਨੇ ਕੈਪਟਨ ਪ੍ਰਕਾਸ਼ ਸਿੰਘ ਬਾਦਲ ਕੋਲੇ ਕਈ ਰਾਜਨੀਤਿਕ ਦਾਅ ਨੇ ਜੀ ਦੇ ਨਾਲ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸਾਫ਼ ਕਿਸੇ ਵੀ ਸਥਿਤੀ ਤੋਂ ਬਚ ਕੇ ਨਿਕਲਾਂ ਪਰ ਇੱਥੇ ਕੈਪਟਨ ਅਮਰਿੰਦਰ ਦੇ ਨਾਲ ਉਹਨਾਂ ਦੀ ਗੂੜੀ ਸਿਆਸੀ ਲੜਾਈ ਹੈ ਜਿਹੜੀ ਉਹ ਨਜ਼ਰ ਆ ਰਹੀ ਹੈ ਚਲੋ ਡੱਲਾ ਜੀ ਇਹ ਤਾਂ ਹੋ ਗਈ ਬਾਦਲਾ ਦੀ ਤੇ ਸਿੱਧੀ ਗੱਲ ਇੱਕ ਹੋਰ ਕੁਐਸਚਨ ਲੈਣਾ ਚਾਹੂੰਗਾ 2019 ਦੀਆਂ ਚੋਣਾਂ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਕੈਬਨਿਟ ਮੰਤਰੀ ਤੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੂੰ ਜਿਹੜੀ ਸੁਰੱਖਿਆ ਕਾਂਗਰਸ ਉਹਦੀ ਉਹਨੂੰ ਲੈ ਕੇ ਚਿੰਤਿਤ ਹੈ ਪਤਾ ਲੱਗਿਆ ਅੱਜਕੱਲ ਕੀ ਕਹਾਂਗੇ ਇਸ ਬਾਰੇ ਦੇਖੋ ਇਹ ਬੜੀ ਤੁਸੀਂ ਅਹਿਮ ਸਵਾਲ ਪੁੱਛਿਆ ਇਹਦੇ ਤੇ ਜ਼ਰੂਰ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਉਭਾਰ ਦੇਣਾ ਚਾਹੁੰਦੀ ਹੈ ਨਰਿੰਦਰ ਮੋਦੀ ਦੇ ਮੁਕਾਬਲੇ ਨਵਜੋਤ ਸਿੰਘ ਸਿੱਧੂ ਨੂੰ ਖੜਾ ਕਰਨਾ ਚਾਹੁੰਦੀ ਹੈ ਕਾਂਗਰਸ ਨਵੇਂ ਸਿਰੇ ਤੋਂ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਔਰ ਨਵਜੋਤ ਸਿੰਘ ਸਿੱਧੂ ਕਿਉਂਕਿ ਉਹ ਛੱਤੀਸਗੜ੍ਹ ਦੇ ਵਿੱਚ ਅੱਜਕੱਲ ਦੌਰਾ ਕਰ ਰਹੇ ਨੇ ਛਤਿਸਗੜ ਦੇ ਵਿੱਚ ਕਾਂਗਰਸ ਦੀਆਂ ਰੈਲੀਆਂ ਕਰ ਰਹੇ ਨੇ ਥਾਂ-ਥਾਂ ਉਹਨਾਂ ਦੀਆਂ 5-6 ਰੈਲੀਆਂ ਦਾ ਪ੍ਰੋਗਰਾਮ ਹੈ ਕਈ ਰੈਲੀਆਂ ਨੇ ਜਿਹੜੀਆਂ ਉਹਨਾਂ ਦੀਆਂ ਉਹ ਪਹਿਲਾਂ ਹੀ ਉੱਥੇ ਹੋ ਚੁੱਕੀਆਂ ਨੇ ਇਸ ਕਰਕੇ ਇੱਥੇ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਨਵਜੋਤ ਸਿੰਘ ਸਿੱਧੂ ਨੂੰ ਖਤਰਾ ਕਿਸ ਤੋਂ ਹੈ ਕਾਂਗਰਸ ਇਹ ਕਹਿ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਖਤਰਾ ਹੈ ਕਿਉਂਕਿ ਉਹ ਅਜਿਹੇ ਖੇਤਰਾਂ ਦੇ ਵਿੱਚ ਜਾ ਰਹੇ ਨੇ ਜਿੱਥੇ ਅਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਚੂਕ ਹੈ ਉਹਨੂੰ ਬਰਦਾਸ਼ਤ ਨਹੀਂ ਕਰ ਸਕਦੇ ਸੋ ਹਰ ਹਿੱਲੇ ਕਾਂਗਰਸ ਜਿਹੜੀ ਉਹ ਚਾਹੁੰਦੀ ਹੈ ਕਿ ਜਾਂ ਤਾਂ CIA ए, SF ਦੀ ਉਹਨਾਂ ਨੂੰ ਸੁਰੱਖਿਆ ਮਿਲੇ ਜਾਂ Z+ ਸੁਰੱਖਿਆ ਜਿਹੜੀ ਉਹ ਨਵਜੋਤ ਸਿੰਘ ਸਿੱਧੂ ਨੂੰ ਮਿਲੇ ਔਰ ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਹੈ ਰਣਦੀਪ ਸੂਰਜੇਵਾਲਾ ਨੇ ਰਣਦੀਪ ਸੂਰਜੇਵਾਲਾ ਮੁਖ ਬੁਲਾਰੇ ਨੇ 올 ਇੰਡੀਆ ਕਾਂਗਰਸ ਕਮੇਟੀ ਦੇ ਸੋ ਗ੍ਰਹਿ ਮੰਤਰੀ ਨੂੰ ਉਹਨਾਂ ਨੂੰ ਉਹਨਾਂ ਨੇ ਚਿੱਠੀ ਉਹਨਾਂ ਨੇ ਚਿੱਠੀ ਲਿਖ ਕੇ ਵੱਖ-ਵੱਖ ਹਦਾਇਤਾਂ ਜਿਹੜੀਆਂ ਦਿੱਤੀਆਂ ਨੇ ਉਹ ਚਿੱਠੀ ਮੇਰੇ ਕੋਲੇ ਹੈ ਵੀ ਹੈ ਆ ਕੌਮੀ ਬੁਲਾਰੇ ਨੇ ਜਿਹੜੀ ਚਿੱਠੀ ਲਿਖੀ ਹੈ ਉਹ ਕਹਿੰਦੇ ਸੀਆਈਐਸਡੀ ਦੀ ਸੁਰੱਖਿਆ ਜਿਹੜੀ ਹੈ ਉਹ ਵਿਕਰਮ ਮਜੀਠੀਆ ਨੂੰ ਵੀ ਮਿਲੀ ਹੋਈ ਹੈ ਸੋ ਸੂਰਜਵਾਲਾ ਨੇ ਕਿਹਾ ਰਾਜਨਾਥ ਸਿੰਘ ਨੂੰ ਕਿ ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਵੀ ਸੀਆਈਐਸਡੀ ਦੀ ਸੁਰੱਖਿਆ ਮਿਲੀ ਹੋਈ ਹੈ ਤੇ ਸਿੱਧੂ ਦਾ ਉਹਨਾਂ ਨਾਲ ਅਕਸਰ ਪੇਚਾ ਰਹਿੰਦਾ ਉਹਨਾਂ ਅਪੀਲ ਕੀਤੀ ਹੈ ਕਿ ਸਿੱਧੂ ਨੂੰ ਵੀ ਪੂਰੇ ਦੇਸ਼ ਵਿੱਚ ਸੀਆਈਐਸਡੀ ਦੀ ਸੁਰੱਖਿਆ ਦਿੱਤੀ ਜਾਵੇ ਔਰ ਮਧ ਪ੍ਰਦੇਸ਼ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਜਾਣਾ ਹੈ ਮਧ ਪ੍ਰਦੇਸ਼ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਰਾਜਸਥਾਨ ਦੇ ਵਿੱਚ ਜਾਣਾ ਹੈ ਵੱਡੀਆਂ-ਵੱਡੀਆਂ ਰੈਲੀਆਂ ਦਾ ਪ੍ਰੋਗਰਾਮ ਹੈ ਨਵਜੋਤ ਸਿੰਘ ਸਿੱਧੂ ਦਾ ਔਰ ਮੁੱਖ ਤੌਰ ਤੇ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪ੍ਰੋਜੈਕਟ ਕਰ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੈਲੀਆਂ ਦੇ ਕਾਟ ਦੇ ਤੌਰ ਤੇ ਕਿਉਂਕਿ ਨਰਿੰਦਰ ਮੋਦੀ ਬਹੁਤ ਤਕੜੇ ਭਾਸ਼ਣ ਕਰਦੇ ਨੇ ਔਰ ਨਰਿੰਦਰ ਮੋਦੀ ਆਪਣੇ ਭਾਸ਼ਣਾਂ ਦੇ ਵਿੱਚ ਜਿਵੇਂ ਪੰਜਾਬੀ ਚ ਕਹਾਂ ਰਾਹੁਲ ਗਾਂਧੀ ਨੂੰ ਖੁੰਝੇ ਲਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਨਵਜੋਤ ਸਿੰਘ ਸਿੱਧੂ ਅਜਿਹਾ ਬੁਲਾ ਰਹੇ ਨੇ ਸਾਡੇ ਮੁਲਕ ਚ ਉਹ ਕਿਸੇ ਨੂੰ ਵੀ ਬੋਲ ਕੇ ਖੁੰਝੇ ਲਾ ਸਕਦੇ ਨਹੀਂ ਸੋ ਇਸ ਕਰਕੇ ਜਦੋਂ ਮੋਦੀ ਦਾ ਨਿਸ਼ਾਨਾ ਰਾਹੁਲ ਗਾਂਧੀ ਹੋਣਗੇ ਰਾਹੁਲ ਗਾਂਧੀ ਦਾ ਅਟੈਕ ਕਰ ਹੀ ਰਿਹਾ ਹੈ ਚੌਂਕੀਦਾਰ ਕਹਿ ਕਹਿ ਕੇ ਕਿਸ ਤਰ੍ਹਾਂ ਦੇ ਇਲਜ਼ਾਮ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਲਾ ਰਿਹਾ ਉਹਦਾ ਜਵਾਬ ਨਰਿੰਦਰ ਮੋਦੀ ਸਾਹਿਬ ਨਹੀਂ ਦੇ ਰਹੇ ਚੰਗੀ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਪਰ ਨਵਜੋਤ ਸਿੰਘ ਸਿੱਧੂ ਜਦੋਂ ਆਪਣੇ ਰੰਗ ਵਿੱਚ ਆ ਜਾਣ ਤੇ ਫਿਰ ਉਹ ਨਰਿੰਦਰ ਮੋਦੀ ਦੇ ਲਗਾਤਾਰ ਗੰਭੀਰ ਹੁੰਦੇ ਇਲਜ਼ਾਮਾਂ ਦਾ ਜਵਾਬ ਕਿਵੇਂ ਦੇਣਗੇ ਇਹ ਸ਼ਾਇਦ ਮੋਦੀ ਸਾਹਿਬ ਨੂੰ ਵੀ ਪਤਾ ਹੋਣਾ ਹੈ ਸਾਨੂੰ ਵੀ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਉਹ ਬੁਲਾਰੇ ਨੇ ਜਿਹੜੇ ਕਿਸੇ ਵੀ ਬੁਲਾਰੇ ਦਾ ਸਾਹਮਣਾ ਕਰ ਸਕਦੇ ਨੇ ਔਰ ਉਸੇ ਦੀ ਪਾਸ਼ਾ 'ਚ ਜਵਾਬ ਦੇ ਸਕਦੇ ਨੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਕਾਂਗਰਸ ਲਈ ਬਹੁਤ ਅਹਿਮ ਨੇ ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਦਾ 6 ਦਿਨ ਦਾ ਪ੍ਰੋਗਰਾਮ ਹੈ ਰਾਜਸਥਾਨ ਦੇ ਵਿੱਚ ਵੀ ਉਹਨਾਂ ਦਾ 6 ਦਿਨ ਦਾ ਪ੍ਰੋਗਰਾਮ ਹੈ ਵੱਡੀ ਗਿਣਤੀ ਚ ਉਹਨਾਂ ਨੇ ਰੈਲੀਆਂ ਮਧ ਪ੍ਰਦੇਸ਼ ਚ ਕਰਨੀਆਂ ਰਾਜਸਥਾਨ ਚ ਕਰਨੀਆਂ ਨੇ ਛਤੀਸਗੜ੍ਹ ਦੇ ਵਿੱਚ ਉਹਨਾਂ ਦੀਆਂ ਰੈਲੀਆਂ ਚੱਲ ਰਹੀਆਂ ਨੇ ਔਰ ਬਹੁਤ ਵੱਡਾ ਇਕੱਠ ਉਹਨਾਂ ਦੀਆਂ ਰੈਲੀਆਂ ਚ ਨਜ਼ਰ ਵੀ ਆ ਰਿਹਾ ਔਰ ਛਤੀਸਗੜ੍ਹ ਦੀ ਪਹਿਲੀ ਰੈਲੀ ਦੇ ਵਿੱਚ ਹੀ ਉਹਨਾਂ ਭਾਰਤੀ ਜਨਤਾ ਪਾਰਟੀ ਨੂੰ ਤਾਂ ਨਿੰਦਿਆ ਹੀ ਉਹਨਾਂ ਨੇ ਪੰਜਾਬ ਚ ਬਾਦਲਾਂ ਨੂੰ ਤੇ ਬੀਜੇਪੀ ਨੂੰ ਇਕੱਠੇ ਜੋੜ ਕੇ ਵੀ ਉੱਥੇ ਨਿੰਦਿਆ ਔਰ ਉਹਨਾਂ ਨੇ ਸਾਫ਼ ਤਰੀਕੇ ਨਾਲ ਨਰਿੰਦਰ ਮੋਦੀ ਦੇ ਉਹ 15 ਲੱਖ ਵਾਲੇ ਦਾਅਵੇ ਦੀ ਵੀ ਹਵਾ ਉਹਨਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ ਸਿੱਧੂ ਦੇ ਮੁਤਾਬਕ ਕਿ 15 ਲੱਖ ਦਾ ਵਾਅਦਾ ਕੀਤਾ ਸੀ ਮੋਦੀ ਸਾਹਿਬ ਨੇ ਕਿ ਤੁਹਾਡੇ ਖਾਤੇ 'ਚ ਪਾਵਾਂਗੇ ਤੇ ਆਇਆ ਨਹੀਂ ਸੋ ਇਸ ਤਰੀਕੇ ਦੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਨੂੰ ਬਹੁਤ ਚੰਗੀ ਤਰ੍ਹਾਂ ਕਰਨੀਆਂ ਆਉਂਦੀਆਂ ਨੇ ਔਰ ਕਾਂਗਰਸ ਵਜਨ ਵਧਾਉਣਾ ਚਾਹੁੰਦੀ ਹੈ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਸੁਰੱਖਿਆ ਮਿਲੇਗੀ ਵੱਡੇ ਪੱਧਰ ਦੀ ਤੇ ਸਾਡੇ ਮੁਲਕ ਦੇ ਵਿੱਚ ਕਿਸੇ ਵੀ ਲੀਡਰ ਨੂੰ ਜਦੋਂ ਸੁਰੱਖਿਆ ਵੱਡੀ ਮਿਲਦੀ ਹੈ ਤੇ ਉਹਦਾ ਰਾਜਨੀਤਿਕ ਕੱਦ ਵੀ ਵੱਡਾ ਹੋ ਜਾਂਦਾ ਹੈ ਸੋ ਕਾਂਗਰਸ ਥੋੜਾ ਜਿਹਾ ਉਭਾਰ ਦੇਣਾ ਚਾਹੁੰਦੀ ਹੈ ਨਵਜੋਤ ਸਿੰਘ ਸਿੱਧੂ ਨੂੰ ਮੁਖ ਬੁਲਾਰੇ ਦੇ ਤੌਰ ਦੇ ਉੱਤੇ ਵੀ ਸਟਾਰ ਪ੍ਰਚਾਰਕ ਦੇ ਤੌਰ ਤੇ ਵੀ ਇਸ ਕਰਕੇ ਕਾਂਗਰਸ ਨੇ ਮੰਗ ਕੀਤੀ ਹੈ ਕਿ ਸਿੱਧੂ ਨੂੰ ਸੁਰੱਖਿਆ ਦਿੱਤੀ ਜਾਵੇ ਚਲੋ ਡੱਲਾ ਜੀ ਕੋਨ ਦਾ ਕਾਂਗਰਸ ਦਾ ਸਿੱਧਾ ਰਕਸ਼ੇ 2019 ਦਾ ਤੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੰਤਰੀ ਮੰਡਲ ਚ ਫੇਰ ਬਦਲ ਦੀ ਚਰਚਾ ਕੀ ਸੰਭਾਵਨਾ ਤੁਹਾਨੂੰ ਨਜ਼ਰ ਆਉਂਦੀ ਹੈ ਦੇਖੋ ਜਦੋਂ ਪੰਜਾਬ ਦੇ ਮੰਤਰੀ ਮੰਡਲ ਚ ਫੇਰ ਬਦਲ ਦੀ ਗੱਲ ਆਉਂਦੀ ਹੈ ਇਸ ਤਰੀਕੇ ਦੇ ਸੰਕੇਤ ਮਿਲੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਰਾਹੁਲ ਗਾਂਧੀ ਹੋਰਾਂ ਦੇ ਨਾਲ ਮਿਲੇ ਸੀ ਤਾਂ ਰਾਹੁਲ ਗਾਂਧੀ ਉਹਨਾਂ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਹੈ ਕਿ ਜਿਹੜੇ ਵੀ ਚੇਅਰਮੈਨ ਬਣਨੇ ਨੇ ਉਹਦੇ ਵਿੱਚ ਸਾਰੇ ਵਰਗਾਂ ਨੂੰ ਸ਼ਾਮਲ ਕੀਤਾ ਜਾਵੇ ਭਾਵੇਂ ਰਾਹੁਲ ਗਾਂਧੀ ਸਿਰਫ ਵਿਧਾਇਕਾਂ ਦੇ ਚੇਅਰਮੈਨ ਬਣਨ ਤੋਂ ਨਾਖੁਸ਼ ਨੇ ਰਾਹੁਲ ਗਾਂਧੀ ਦਾ ਇਹ ਕਹਿਣਾ ਹੈ ਕਿ ਭਾਵੇਂ ਵਿਧਾਇਕ ਨੇ ਭਾਵੇਂ ਸਧਾਰਨ ਵਰਕਰ ਨੇ ਭਾਵੇਂ ਅਹੁਦੇਦਾਰ ਨੇ ਭਾਵੇਂ ਬੀਬੀਆਂ ਨੇ ਇਹਨਾਂ ਸਾਰਿਆਂ ਨੂੰ ਇੱਕ ਯੋਗ ਨੁਮਾਇੰਦਗੀ ਹੈ ਜਿਹੜੀ ਉਹ ਚੇਅਰਮੈਨੀਆਂ ਦੇ ਵਿੱਚ ਦਿੱਤੀ ਜਾਵੇ ਔਰ ਪਤਾ ਇਹ ਲੱਗਿਆ ਕਿ ਕੈਪਟਨ ਅਮਰਿੰਦਰ ਸਿੰਘ 24 25 ਚੇਅਰਮੈਨੀਆਂ ਦੀ ਸੂਚੀ ਲੈ ਕੇ ਗਏ ਸੀ ਇਹਨਾਂ ਦੇ ਵਿੱਚ ਕੁਝ ਵਿਧਾਇਕ ਵੀ ਸ਼ਾਮਲ ਨੇ ਇਹਨਾਂ ਦੇ ਵਿੱਚ ਕੁਝ ਸਾਬਕਾ ਚੇਅਰਮੈਨ ਵੀ ਸ਼ਾਮਲ ਨੇ ਇਹਨਾਂ ਦੇ ਵਿੱਚ ਕੁਝ ਕੈਪਟਨ ਅਮਰਿੰਦਰ ਦੇ ਬਹੁਤ ਖਾਸਮ ਖਾਸ ਨੇੜੇ ਦੇ ਲੀਡਰ ਵੀ ਸ਼ਾਮਲ ਨੇ ਪਰ ਰਾਹੁਲ ਗਾਂਧੀ ਨੇ ਇਹ ਕਹਿ ਦਿੱਤਾ ਕਿ ਤੁਸੀਂ ਬਹੁਤ ਵੱਡੇ ਵਿਸ਼ਾਲ ਦਾਇਰੇ ਦੇ ਵਿੱਚ ਜਿਹੜੀਆਂ ਚੇਅਰਮੈਨੀਆਂ ਦੀ ਨਵੇਂ ਸਿਰੇ ਤੋਂ ਰੂਪਰੇਖਾ ਕਰੋ ਸੋ ਕੈਪਟਨ ਅਮਰਿੰਦਰ ਸਿੰਘ ਤੁਰੰਤ ਮੈਨੂੰ ਨਹੀਂ ਲੱਗਦਾ ਕਿ ਚੇਅਰਮੈਨੀਆਂ ਦਾ ਐਲਾਨ ਕਰਨਗੇ ਪਰ ਹਾਂ ਕਿਉਂਕਿ ਕੁਝ ਚੇਅਰਮੈਨ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਨੂੰ ਬਣਾਉਣਾ ਚਾਹੁੰਦੇ ਨੇ ਔਰ ਇਹ ਵੀ ਪਤਾ ਲੱਗਿਆ ਕਿ ਕੁਝ ਮੰਤਰੀ ਨੇ ਜਿਹੜੇ ਉਹ ਸਰਕਾਰ ਚੋਂ ਬਦਲੇ ਜਾ ਸਕਦੇ ਨੇ ਉਹਨਾਂ ਦੀਆਂ ਕਾਰਗੁਜ਼ਾਰੀਆਂ ਦੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਨੇ ਕਿ ਕੁਝ ਮੰਤਰੀਆਂ ਦੇ ਮਹਿਕਮਿਆਂ ਦਾ ਫੇਰ ਬਦਲ ਕੀਤਾ ਜਾਵੇ ਲਗਭਗ 4 ਤੋਂ 5 ਮੰਤਰੀ ਨੇ ਜਿਨ੍ਹਾਂ ਦੇ ਮਹਿਕਮਿਆਂ ਦਾ ਫੇਰ ਬਦਲ ਹੋ ਸਕਦਾ ਸੋ ਕਈ ਮੰਤਰੀ ਨੇ ਜਿਹੜੇ ਪਿਛਲੇ ਸਮਿਆਂ ਤੋਂ ਵਿਵਾਦਾਂ ਦੇ ਵਿੱਚ ਵੀ ਰਹੇ ਨੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿਹੋ ਜਿਹਾ ਕਿਹੋ ਜਿਹਾ ਵਿਵਾਦ ਇਹਨਾਂ ਮੰਤਰੀਆਂ ਦੇ ਨਾਲ ਰਹੇ ਨੇ ਹੋ ਸਕਦਾ ਹੈ ਕੈਪਟਨ ਅਮਰਿੰਦਰ ਸਿੰਘ ਉਹਨਾਂ ਵਿਵਾਦਾਂ ਦਾ ਸਹਾਰਾ ਲੈ ਕੇ ਉਹਨਾਂ ਮੰਤਰੀਆਂ ਦੇ ਮੈਕਮੇ ਨੂੰ ਬਦਲਣ ਕੁਝ ਮੰਤਰੀਆਂ ਦੇ ਮੈਕਮਿਆਂ ਦੇ ਵਿੱਚ ਬਦਲੀ ਵੀ ਹੋ ਸਕਦੀ ਹੈ ਸੋ ਇਸ ਕਰਕੇ ਆਉਂਦੇ ਦਿਨ ਕੈਪਟਨ ਅਮਰਿੰਦਰ ਸਿੰਘ ਲਈ ਵੀ ਗੰਭੀਰ ਚੁਣੌਤੀ ਵਾਲੇ ਨੇ ਹਾਲਾਂਕਿ ਰਾਹੁਲ ਗਾਂਧੀ ਤੋਂ ਜਾਂ ਵਿਰੋਧੀਆਂ ਤੋਂ ਇਸ ਵਕਤ ਕੈਪਟਨ ਅਮਰਿੰਦਰ ਨੂੰ ਕਿਸੇ ਤਰ੍ਹਾਂ ਦੀ ਚੁਣੌਤੀ ਨਹੀਂ ਹੈ ਪਰ ਕੈਪਟਨ ਅਮਰਿੰਦਰ ਦੀ ਕੋਸ਼ਿਸ਼ ਇਹ ਹੈ ਕਿ ਜਿਹੜੇ ਵਿਧਾਇਕ ਨੇ ਉਹ ਇਸ ਫੇਰ ਬਦਲ ਦੇ ਨਾਲ ਖੁਸ਼ ਵੀ ਰਹਿਣ ਉਹਨਾਂ ਵਿਧਾਇਕਾਂ ਨੂੰ ਵੀ ਮੌਕਾ ਮਿਲ ਸਕਦਾ ਜਿਹੜੇ ਬਹੁਤ ਸੀਨੀਅਰ ਨੇ ਔਰ ਪਹਿਲਾ ਜਿਨ੍ਹਾਂ ਨੂੰ ਮੰਤਰੀ ਮੰਡਲ ਦੇ ਵਿੱਚ ਥਾਂ ਨਹੀਂ ਮਿਲੀ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਥਾਂ ਦੇ ਸਕਦੇ ਨੇ ਵੱਖ-ਵੱਖ ਤਰ੍ਹਾਂ ਦੇ ਫਾਰਮੂਲਿਆਂ ਦੇ ਉੱਪਰ ਕੈਪਟਨ ਅਮਰਿੰਦਰ ਸਿੰਘ ਇਸ ਵਕਤ ਵਿਚਾਰ ਕਰ ਰਹੇ ਨੇ ਮੈਂ ਇਹ ਜ਼ਰੂਰ ਦੱਸ ਦਵਾਂ ਕਿ 18 ਮੰਤਰੀ ਨੇ ਇਸ ਵਕਤ ਪੰਜਾਬ ਦੇ ਵਿੱਚ 78 ਸੀਟਾਂ ਦੇ ਉੱਤੇ ਕਾਂਗਰਸ ਦਾ ਬਹੁਮਤ ਹੈ 2/3 ਬਹੁਮਤ ਹੈ 78 ਸੀਟਾਂ ਕਾਂਗਰਸ ਦੇ ਹਿੱਸੇ ਦੇ ਵਿੱਚ ਹੈ 18 ਮੰਤਰੀ ਨੇ ਇਹ ਸਾਰੇ ਕੈਬਨਿਟ ਮੰਤਰੀ ਨੇ ਵੱਡੀ ਗਿਣਤੀ ਦੇ ਵਿੱਚ ਚੇਅਰਮੈਨ ਹਜੇ ਲਾਏ ਜਾਣੇ ਨੇ ਔਰ ਇਹ ਵੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਕਈ ਚੇਅਰਮੈਨੀਆਂ ਅਜਈਆਂ ਨੇ ਜਿੱਥੇ ਹਾਲੇ ਵੀ ਅਕਾਲੀ ਦਲ ਵੱਲੋਂ ਨਿਯੁਕਤ ਕੀਤੇ ਚੇਅਰਮੈਨ ਕੰਮ ਕਰ ਰਹੇ ਨੇ ਔਰ ਕਈ ਥਾਂ ਤੇ ਅਜਈਆਂ ਚੇਅਰਮੈਨੀਆਂ ਨੇ ਜਿੱਥੇ ਅੱਜ ਵੀ ਅਕਾਲੀ ਦਲ ਨਾਲ ਸੰਬੰਧਿਤ ਲੀਡਰ ਨੇ ਜਿਹੜੇ ਉਹ ਚੇਅਰਮੈਨੀਆਂ ਦਾ ਆਨੰਦ ਮਾਣ ਰਹੇ ਨੇ ਜਾਂ ਇਹ ਕਹਿ ਲੋ ਉਹ ਰਾਜ ਨਹੀਂ ਕਰ ਰਹੇ ਸੇਵਾ ਕਰ ਰਹੇ ਨੇ ਸੋ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਤੇ ਦਬਾਅ ਵੀ ਹੈ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਵਰਕਰ ਵਿਧਾਇਕ ਅਹੁਦੇਦਾਰ ਜ਼ਰੂਰ ਚਾਣਗੇ ਕਿ ਪਾਰਟੀ ਸਾਨੂੰ ਕਿਤੇ ਨਾ ਕਿਤੇ ਸੈੱਟ ਕਰੇ ਕਿਉਂਕਿ ਅਗਰ 2019 ਤੋਂ ਪਹਿਲਾਂ ਬਹੁਤ ਸਾਰੇ ਵਰਕਰਾਂ ਨੂੰ ਸੀਨੀਅਰ ਲੀਡਰਾਂ ਨੂੰ ਰਾਜਨੀਤਿਕ ਤੌਰ ਤੇ ਚੇਅਰਮੈਨੀਆਂ ਦੇ ਕੇ ਖੁਸ਼ ਨਹੀਂ ਕੀਤਾ ਜਾਂਦਾ ਤੇ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਸੰਭਾਵਨਾ ਹੈ ਕਿ ਬਹੁਤ ਸਰਗਰਮੀ ਦੇ ਨਾਲ ਉਹ ਲੀਡਰ ਨੇ ਜਿਹੜੇ ਉਹ ਕੰਮ ਨਾ ਕਰਨ ਔਰ ਕੈਪਟਨ ਅਮਰਿੰਦਰ ਸਿੰਘ ਹਰ ਹਿੱਲੇ ਚਾਹੁੰਦੇ ਨੇ ਕਿ ਜਿਹੜੀਆਂ ਮੇਰੀਆਂ ਵਿਧਾਨ ਸਭਾ ਦੀਆਂ ਚੋਣਾਂ ਸੀ ਉਹ ਟੁੱਕਾ ਨਾ ਕਹੋਣ ਲੋਕ ਇਹ ਨਾ ਕਹਿਣ ਮੇਰੀ ਵਿਧਾਨ ਸਭਾ ਦੀਆਂ ਚੋਣਾਂ ਦੀ ਜਿੱਤ ਹੈ ਜਿਹੜੀ ਟੁੱਕਾ ਸੀ ਇਸ ਕਰਕੇ ਮੈਂ ਪਾਰਲੀਮੈਂਟ ਦੀਆਂ ਸੀਟਾਂ ਵੀ ਜਿੱਤਣੀਆਂ ਨੇ ਸੋ ਕੈਪਟਨ ਅਮਰਿੰਦਰ ਦੀ ਰਣਨੀਤੀ ਪਾਰਲੀਮੈਂਟ ਦੀਆਂ ਸੀਟਾਂ ਨੂੰ ਜਿੱਤਣ ਦੀ ਹੈ ਔਰ ਜਦੋਂ ਰਣਨੀਤੀ ਪਾਰਲੀਮੈਂਟ ਦੀਆਂ ਸੀਟਾਂ ਨੂੰ ਜਿੱਤਣ ਦੀ ਹੁੰਦੀ ਹੈ ਤੇ ਫਿਰ ਨਿਸ਼ਚਿਤ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਪੂਰੀ ਕੋਸ਼ਿਸ਼ ਕਰਨਗੇ ਕਿ ਚੇਅਰਮੈਨੀਆਂ ਦੇ ਕੇ ਮੰਤਰੀਆਂ ਸਾਬਕਾ ਮੰਤਰੀਆਂ ਨੂੰ ਵਿਧਾਇਕਾਂ ਨੂੰ ਸਾਬਕਾ ਚੇਅਰਮੈਨਾਂ ਨੂੰ ਮੈਂ ਨਵੇਂ ਸਿਰੇ ਤੋਂ ਖੁਸ਼ ਕਰਾਂ ਤਾਂ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਹੱਕ ਦੇ ਵਿੱਚ ਮਾਹੌਲ ਬਣੇ ਔਰ ਇਹ ਵੀ ਬਹੁਤ ਸੰਭਾਵਨਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਕੁਝ ਸਮੇਂ ਲਈ ਫਾਰਕ ਕੀਤਾ ਜਾ ਸਕਦਾ ਹੈ ਮੰਤਰੀ ਮੰਡਲ ਤੋਂ ਔਰ ਉਹਦੇ ਬਦਲੇ 'ਚ ਉਹਨਾਂ ਨੂੰ ਕੇਂਦਰ 'ਚ ਹੋਰ ਵੱਡੀ ਭੂਮਿਕਾ ਦਿੱਤੀ ਜਾ ਸਕਦੀ ਹੈ ਪਾਰਟੀ ਦੇ ਸਟਾਰ ਪ੍ਰਚਾਰਕ ਤਾਂ ਨਵਜੋਤ ਸਿੰਘ ਸਿੱਧੂ ਹੈਗੇ ਨੇ ਇਹ ਵੀ ਹੋ ਸਕਦਾ ਹੈ ਅਗਰ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਰੱਖਿਆ ਜਾਂਦਾ ਹੈ ਤੇ ਉਹਦੇ ਲਈ ਨਵਜੋਤ ਸਿੰਘ ਸਿੱਧੂ ਖੁਦ ਹਾਮੀ ਭਰਨਗੇ ਕਿ ਮੈਂ ਪਾਰਟੀ ਦੀ ਸੇਵਾ ਕਰਨ ਲਈ ਮੰਤਰੀ ਮੰਡਲ ਤੋਂ ਬਾਹਰ ਹੋਊਂਗਾ ਨਵਜੋਤ ਸਿੰਘ ਸਿੱਧੂ ਦੀ ਮਰਜ਼ੀ ਤੋਂ ਬਿਨਾ ਕੋਈ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚੋਂ ਅੱਜ ਦੇ ਸਮੇਂ ਬਾਹਰ ਤਾਂ ਨਹੀਂ ਕਰੂਗਾ ਹੁਣ ਇਹ ਨਵਜੋਤ ਸਿੰਘ ਸਿੱਧੂ ਨੇ ਤੈਅ ਕਰਨਾ ਹੈ ਹਾਲਾਂਕਿ ਕਈ ਰਾਜਨੀਤਿਕ ਮਹਾਰੇ ਇਹ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਆਖਰੀ ਵਕਤ ਦੇ ਵਿੱਚ ਪਾਰਲੀਮੈਂਟ ਦੀ ਚੋਣ ਵੀ ਅਮਰਸਰੋਂ ਲੜ ਸਕਦੇ ਨੇ ਔਰ ਜਿੱਤਣ ਦੀ ਸੂਰਤ ਦੇ ਵਿੱਚ ਉਹ ਕੇਂਦਰ ਦੇ ਵਿੱਚ ਮੰਤਰੀ ਬਣ ਸਕਦੇ ਨੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਿੰਨੀ ਮਜ਼ਬੂਤੀ ਨਾਲ ਪੰਜਾਬ 'ਚ ਰਾਜ ਕਰ ਰਹੇ ਨੇ ਉਹਦੇ ਨਾਲ ਲੱਗਦਾ ਨਹੀਂ ਕੀ ਆਉਂਦੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਵਿੱਚੋਂ ਬਦਲਿਆ ਜਾਵੇ ਔਰ ਅਜੇ ਹੀ ਸੂਰਤ ਦੇ ਵਿੱਚ ਰਾਹੁਲਿਆ ਦੀ ਚਾਹਣ ਹੈ ਕਿ ਕਿਉਂ ਨਾ ਨਵਜੋਤ ਸਿੰਘ ਸਿੱਧੂ ਵਰਗੇ ਵੱਡੇ ਲੀਡਰ ਨੂੰ ਕੇਂਦਰ ਦਾ ਤਜਰਬਾ ਦਵਾ ਦਿੱਤਾ ਜਾਵੇ ਔਰ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਜੇ ਕਿਸੇ ਦੀ ਟਰਮ ਆਉਂਦੀ ਹੈ ਤੇ ਫਿਰ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦੇ ਤੌਰ ਤੇ ਵੀ ਤਨਖਤ ਕੀਤਾ ਜਾ ਸਕਦਾ ਹੈ ਇਹ ਸਾਰੀਆਂ ਜਿਹੜੀਆਂ ਸੰਭਾਵਨਾਵਾਂ ਨੇ ਇਹਨਾਂ ਸੰਭਾਵਨਾਵਾਂ ਦੇ ਉੱਤੇ ਅਸੀਂ ਲਗਾਤਾਰ ਚਰਚਾ ਵੀ ਕਰਦੇ ਰਹੇ ਨੇ ਚਲੋ ਡੱਲਾ ਜੀ ਇਹ ਤਾਂ ਹੋ ਗਈ ਆ ਮੰਤਰੀ ਮੰਡਲ ਦੀ ਗੱਲ ਤੇ ਹੁਣ ਇੱਕ ਹੋਰ ਚੀਜ਼ ਪਤਾ ਲੱਗੀ ਹੈ ਕਿ ਕੈਪਟਨ ਸਾਹਿਬ ਜਿਹੜੇ ਨੇ ਉਹ ਬਾਦਲਾਂ ਤੇ ਹੋਰ ਵੀ ਸਖਤ ਹੋ ਗਏ ਨੇ ਕਿ ਇਹ ਪੂਰਾ ਮੰਗੋ। ਦੇਖੋ ਕੈਪਟਨ ਅਮਰਿੰਦਰ ਸਿੰਘ ਇਸ ਕਰਕੇ ਸਖਤ ਹੋ ਗਏ ਨੇ ਕਿਉਂਕਿ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ, ਵਿਕਰਮ ਅਜੀਠੀਆ ਲਗਾਤਾਰ ਕੈਪਟਨ ਅਮਰਿੰਦਰ ਤੇ ਇਲਜ਼ਾਮ ਲਾ ਰਹੇ ਨੇ ਕਿ ਉਹ ਐਸਆਈਟੀ ਦੀ ਰਿਪੋਰਟ ਆਪ ਲਿਖਣਗੇ। ਐਸਆਈਟੀ ਕੱਟ ਪੁਤਲੀ ਦੀ ਤਰ੍ਹਾਂ ਕੰਮ ਕਰ ਰਹੀ ਹੈ। ਕੈਪਟਨ ਅਮਰਿੰਦਰ ਸਾਡੇ ਤੋਂ ਰਾਜਨੀਤਿਕ ਬਦਲਾ ਲੈਣਾ ਚਾਹੁੰਦੇ ਨੇ। ਇਸ ਕਰਕੇ ਇਹਨਾਂ ਇਲਜ਼ਾਮਾਂ ਨੂੰ ਸੁਣ ਸੁਣ ਕੇ ਕੈਪਟਨ ਅਮਰਿੰਦਰ ਸਖਤ ਹੋ ਗਏ ਨੇ ਔਰ ਕੀ ਐਸਆਈਟੀ ਦੀ ਰਿਪੋਰਟ 'ਚ ਮੇਰਾ ਕੋਈ ਦਖਲ ਨਹੀਂ ਐਸਆਈਟੀ ਦੀ ਰਿਪੋਰਟ ਸਿੱਧੀ ਅਦਾਲਤ ਦੇ ਵਿੱਚ ਜਾਣੀ ਹੈ ਔਰ ਕਾਨੂੰਨ ਦੇ ਮੁਤਾਬਕ ਐਸਆਈਟੀ ਹੈ ਜਿਹੜੀ ਉਹ ਪੁੱਛਗਿੱਛ ਕਰੇਗੀ ਅੱਛਾ ਡੱਲਾ ਜੀ ਇੱਕ ਹੋਰ ਅਹਿਮ ਸਵਾਲ ਆ ਪੰਜਾਬ ਕਾਂਗਰਸ ਦੇ ਨੌਜਵਾਨ ਜਿਹੜੇ ਵਿਧਾਇਕ ਨੇ ਉਹ ਇਹਨਾਂ ਦਿਨਾਂ 'ਚ ਕਾਫੀ ਚਰਚਾ ਚ ਨੇ ਤੇ ਹੁਣ ਉਹਨਾਂ ਦਾ ਜੋ ਮਾਮਲਾ ਉਹ ਕਿਵੇਂ ਨਿਬੜਦਾ ਤੁਹਾਨੂੰ ਦਿਖਦਾ ਹੈ ਦੇਖੋ ਸ਼ੇਰ ਸਿੰਘ ਖਬਾਇਆ ਜਿਹੜੇ ਐਮਪੀ ਨੇ ਅਕਾਲੀ ਦਲ ਦੇ ਉਹਨਾਂ ਦਾ ਪੁੱਤਰ ਦਵਿੰਦਰ ਸਿੰਘ ਖਬਾਇਆ ਉਹ ਕਾਂਗਰਸੀ ਵਿਧਾਇਕ ਹੈ ਔਰ ਇੱਕ ਬੀਬੀ ਜਿਹੜੀ ਐਸਐਚਓ ਹੈ ਉਹਦੇ ਨਾਲ ਜਿਹੜੀ ਉਹਨਾਂ ਦੀ ਇੱਕ ਗੱਲਬਾਤ ਦਾ ਦਾਵਾ ਕਰਕੇ ਜਿਹੜੀ ਕਲਿੱਪ ਜਾਰੀ ਕੀਤੀ ਜਾ ਰਹੀ ਹੈ ਕਿ ਕੁਮਾਇਆ ਤੇ ਐਸਐਚਓ ਦੀ ਉਹਦੇ ਚ ਆਪਣੀ ਉਹਨਾਂ ਦੀਆਂ ਜ਼ੁਬਾਨਾਂ ਨੇ ਸੋ ਇਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਐਮਐਲਏ ਹੈ ਦਵਿੰਦਰ ਸਿੰਘ ਕੁਮਾਇਆ ਜਾਂ ਕਾਂਗਰਸ ਦੀ ਸਰਕਾਰ ਹੈ ਉਹਦੇ ਤੇ ਸਵਾਲ ਖੜੇ ਹੋਏ ਨੇ ਭਗਵੰਤ ਮਾਨ ਕਾਰਵਾਈ ਮੰਗ ਰਿਹਾ ਹਰਪਾਲ ਚੀਮਾ ਕਾਰਵਾਈ ਮੰਗ ਰਿਹਾ ਸੁਖਪਾਲ ਖਹਿਰਾ ਕਾਰਵਾਈ ਮੰਗ ਰਿਹਾ ਸੋ ਕਿਤੇ ਨਾ ਕਿਤੇ ਕਾਂਗਰਸ ਦੀ ਇਹਦੇ ਨਾਲ ਸਥਿਤੀ ਹੈ ਜਿਹੜੀ ਉਹ ਦੁਚਿੱਤੀ ਵਾਲੀ ਹੋਈ ਹੈ ਔਰ ਇਹ ਗੱਲ ਬਾਹਰ ਆਈ ਹੈ ਕਿ ਕਾਂਗਰਸ ਦੇ ਲੀਡਰ ਕਿਵੇਂ ਪੁਲਿਸ ਫੋਰਸ ਤੇ ਦਬਾਅ ਬਣਾ ਕੇ ਰੱਖ ਰਹੇ ਨੇ ਮਨੋਵਿਗਿਆਨਿਕ ਤੌਰ ਤੇ ਵੀ ਦਬਾਅ ਪਾ ਰਹੇ ਨੇ ਔਰ ਜ਼ੁਬਾਨੀ ਵੀ ਦਬਾਅ ਪਾ ਰਹੇ ਨੇ ਕਿਉਂਕਿ ਇਹ ਸਵਾਲ ਹਮੇਸ਼ਾ ਉੱਠਦਾ ਹੈ ਕਿ ਜਿਹੜੀ ਸੂਬਿਆਂ ਦੀ ਪੁਲਿਸ ਹੁੰਦੀ ਹੈ ਉਹ ਸਿੱਧੇ ਤੌਰ ਤੇ ਵਿਧਾਇਕਾਂ ਤੇ ਮੰਤਰੀਆਂ ਦੇ ਮਾਤਰਾਤ ਹੁੰਦੀ ਹੈ ਸੋ ਇਹ ਗੱਲ ਸਾਫ਼ ਨਜ਼ਰ ਆ ਰਹੀ ਹੈ ਕਿ ਵਿਧਾਇਕ ਦਬਕਾ ਬਣਾ ਕੇ ਰੱਖਣਾ ਚਾਹੁੰਦਾ ਹੈ ਪੁਲਿਸ ਦੇ ਅਫਸਰਾਂ ਤੇ ਅਕਾਲੀ ਦਲ ਤੇ ਵੀ ਇਲਜ਼ਾਮ ਲੱਗੇ ਕਿ ਉਹਨਾਂ ਨੇ ਪੁਲਿਸ ਨੂੰ ਆਪਣੀ ਮਰਜ਼ੀ ਨਾਲ ਵਰਤਿਆ ਔਰ ਹੁਣ ਉਸੇ ਤਰ੍ਹਾਂ ਦੇ ਇਲਜ਼ਾਮ ਜਿਹੜੇ ਕਾਂਗਰਸ ਤੇ ਸਾਹਮਣੇ ਆ ਰਹੇ ਨੇ ਇਹ ਸਥਿਤੀਆਂ ਬਹੁਤੀਆਂ ਚੰਗੀਆਂ ਨਹੀਂ ਨੇ ਚਲੋ ਡਲੇ ਬਹੁਤ-ਬਹੁਤ ਧੰਨਵਾਦ ਪੰਜਾਬ ਤੇ ਦੇਸ਼ ਦੀ ਰਾਜਨੀਤੀ ਨਾਲ ਜੁੜੇ ਕੁਝ ਅਹਿਮ ਸਵਾਲਾਂ ਦੇ ਜਵਾਬ ਦੇਣ ਲਈ ਅੱਜ ਦੇ ਖਬਰ ਪੜਤਾਲ ਪ੍ਰੋਗਰਾਮ ਦੇ ਵਾਸਤੇ ਇਨੈ ਮੈਨੂੰ ਦੇ ਇਜਾਜ਼ਤ ਧੰਨਵਾਦ